ਅੱਜ ਆਪਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਜੀਵਨ 'ਤੇ ਚਾਨਣਾ ਪਾਉਂਦੇ ਹਾਂ ਜਿਨ੍ਹਾਂ ਦਾ ਕੱਲ੍ਹ ਮਿਤੀ 25 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀਗਾ। ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ, ਜੀਰੇ ਇਲਾਜ ਦੇ ਵਿੱਚ ਸਨ ਅਤੇ ਜਿੱਥੇ ਉਹਨਾਂ ਨੇ ਕੱਲ੍ਹ ਫੋਰਟਿਸ ਹਸਪਤਾਲ ਵਿਖੇ ਆਖਰੀ ਸਾਹ ਲਏ। ਮਿਤੀ 25 ਅਪ੍ਰੈਲ ਨੂੰ 96 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ ਅਤੇ ਇਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਿਤੀ 26/4/2023 ਨੂੰ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਇਹਨਾਂ ਦਾ ਜਨਮ ਸਥਾਨ ਪਿੰਡ ਅਬੁਲ ਖੁਰਾਣਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। 8 ਦਸੰਬਰ 1927 ਨੂੰ ਹੋਇਆ ਸੀ, 8 ਦਸੰਬਰ 1927 ਨੂੰ ਅਬੁਲ ਖੁਰਾਣੇ ਵਿਖੇ। ਅਤੇ ਇਹ ਇਹਨਾਂ ਦਾ ਜਿਹੜਾ ਬਚਪਨ ਆ ਉਦੋਂ ਬਾਅਦ ਪਿੰਡ ਬਾਦਲ ਵਿਖੇ ਬੀਤਿਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਸਨ। ਗ੍ਰੈਜੂਏਸ਼ਨ ਦੀ ਪੜ੍ਹਾਈ ਇਹਨਾਂ ਨੇ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਕੀਤੀ। ਇਹਨਾਂ ਦਾ ਵਿਆਹ 1959 ਵਿੱਚ ਬੀਬੀ ਸੁਰਿੰਦਰ ਕੌਰ ਬਾਦਲ ਨਾਲ ਹੋਇਆ। ਅਤੇ ਸੁਰਿੰਦਰ ਕੌਰ ਬਾਦਲ ਵੀ ਪਿੱਛੇ ਜਿਹੇ ਆਪਣੇ ਨਾਮਰਾਤ ਬਿਮਾਰੀ ਦੇ ਨਾਲ ਜਿਹੜੀ ਉਹਨਾਂ ਦੀ ਡੈੱਥ ਹੋ ਗਈ ਸੀ ਕੈਂਸਰ ਦੀ ਬਿਮਾਰੀ ਦੇ ਨਾਲ। ਵਿਆਹ ਇਹਨਾਂ ਦਾ 1959 ਵਿੱਚ ਸੁਰਿੰਦਰ ਕੌਰ ਬਾਦਲ ਨਾਲ ਹੋਇਆ। ਆਪ ਇੱਕ ਹਸਮੁੱਖ ਸੁਭਾਅ ਵਾਲੇ ਸਨ ਪ੍ਰਕਾਸ਼ ਸਿੰਘ ਬਾਦਲ, ਅਤੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਸੇਵਾ ਕੀਤੀ, ਸੰਗਤ ਦਰਸ਼ਨ ਕੀਤੇ ਅਤੇ ਲੋਕਾਂ ਵਿੱਚ ਹਮੇਸ਼ਾ ਵਿਚਰਦੇ ਸਨ। ਇਹਨਾਂ ਦੇ ਬੱਚੇ ਸੁਖਬੀਰ ਸਿੰਘ ਬਾਦਲ ਪੁੱਤਰ ਅਤੇ ਪ੍ਰਨੀਤ ਕੌਰ ਬੇਟੀ ਨੇ ਜਨਮ ਲਿਆ ਇਹਨਾਂ ਦੇ ਘਰ ਵਿੱਚ। ਸੁਖਬੀਰ ਸਿੰਘ ਬਾਦਲ ਜਿਹੜੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਬਾਦਲ ਖੁਦ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਅਤੇ ਪਹਿਲੀ ਵਾਰ ਇਹ ਇਹਨਾਂ ਨੇ ਜਿਹੜੀ ਆਪਣੀ ਸ਼ੁਰੂਆਤ ਜਿਹੜੀ ਸਰਪੰਚ ਤੋਂ ਕੀਤੀ ਸੀਗੀ, ਪਿੰਡ ਦੇ ਸਰਪੰਚ ਬਣੇ ਸੀਗੇ। ਇਹਨਾਂ ਦੀ ਜਿਹੜੀ ਬੇਟੀ ਪ੍ਰਨੀਤ ਕੌਰ ਆ ਜਿਹੜੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਘਰ ਹੈ। ਉੱਨੀ ਸੌ ਸਤਵੰਜਾ ਵਿੱਚ ਪਹਿਲੀ ਵਾਰ MLA ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਸੰਨ 1957 ਵਿੱਚ ਕਾਂਗਰਸ ਦੀ ਟਿਕਟ ਤੋਂ ਲੜ ਕੇ 1957 ਵਿੱਚ ਪਹਿਲੀ ਵਾਰ MLA ਜਿਹੜੀ ਅਸੈਂਬਲੀ ਦੇ ਇਲੈਕਸ਼ਨ ਜਿਹੜੀ ਫਤਿਹ ਕੀਤੀ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਅਤੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ 1957 ਵਿੱਚ। 5 ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅਤੇ 5 ਵਾਰ ਮੁੱਖ ਮੰਤਰੀ ਬਣ ਕੇ ਇਹਨਾਂ ਨੇ ਪੰਜਾਬ ਦੀ ਜਿਹੜੀ ਸੇਵਾ ਕੀਤੀ। ਅਕਾਲੀ ਦਲ ਦੇ ਜਿਹੜਾ ਮੁੱਢ ਰਹੇ ਬਾਬਾ ਬੋਹੜ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ। 5 ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ, ਵੱਖ ਵੱਖ ਮਹਿਕਮਿਆਂ ਵਿੱਚ, ਵੱਖ ਵੱਖ ਪਿੰਡਾਂ ਵਿੱਚ ਹੋਰ ਵੱਡੇ ਵੱਡੇ ਫਲਾਈਓਵਰ ਬਣਾਏ ਇਹਨਾਂ ਨੇ, ਸੜਕਾਂ ਬਣਾਈਆਂ, ਹੋਰ ਬਹੁਤ ਸਾਰੇ ਵਿਕਾਸ ਦੇ ਕਾਰਜ ਕਰਵਾਏ। ਬਾਦਲ ਸਰਕਾਰ ਵੇਲੇ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਮਿਲੀਆਂ, ਅਤੇ ਪਦਮ ਭੂਸ਼ਣ ਅਵਾਰਡ ਨਾਲ 30 ਮਾਰਚ 2015 ਨੂੰ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਭੂਸ਼ਣ ਅਵਾਰਡ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ 30 ਮਾਰਚ 2015 ਨੂੰ। ਇਹ ਇੱਕ ਬਹੁਤ ਵੱਡਾ ਅਵਾਰਡ ਹੁੰਦਾ, ਇਹ ਹਰ ਇੱਕ ਦੇ ਹਿੱਸੇ ਨਹੀਂ ਹੁੰਦਾ ਗਾ, ਇਸ ਕਰਕੇ ਇਹ ਇੱਕ ਨਾਮੀ ਸ਼ਖਸੀਅਤ ਹੋਣ ਕਰਕੇ, ਬਹੁਤ ਵਧੀਆ ਸ਼ਖਸੀਅਤ ਹੋਣ ਕਰਕੇ ਇਹਨਾਂ ਨੂੰ ਜਿਹੜਾ 30 ਮਾਰਚ 2015 ਨੂੰ ਇੱਕ ਪਦਮ ਭੂਸ਼ਣ ਅਵਾਰਡ ਦਿੱਤਾ ਗਿਆ। ਪਰੰਤੂ ਕੁਛ 5-4 ਸਾਲਾਂ ਬਾਅਦ ਇੱਕ ਦੌਰ ਆਇਆ ਜਿਹਦੇ ਵਿੱਚ ਕਿਸਾਨਾਂ 'ਤੇ ਜਿਹੜੇ ਕਾਲੇ ਕਾਨੂੰਨ ਥੋਪੇ ਗਏ, ਜਿਸ ਦੇ ਕਰਕੇ ਇਹਨਾਂ ਨੇ ਜਿਹੜਾ ਅਵਾਰਡ ਵਾਪਸ ਕਰਤਾ। 3 ਦਸੰਬਰ 2020 ਨੂੰ ਕਿਸਾਨਾਂ ਦਾ ਸਮਰਥਨ ਕਰਕੇ ਇਹਨਾਂ ਨੇ ਪਦਮ ਭੂਸ਼ਣ ਅਵਾਰਡ ਜਿਹੜਾ ਮਿਲਿਆ ਸੀ ਇਹਨਾਂ ਨੂੰ 2015 ਦੇ ਵਿੱਚ, ਇਹਨਾਂ ਨੇ ਉਹ ਅਵਾਰਡ ਜਿਹੜਾ ਕੀ ਆ ਸਰਕਾਰ ਨੂੰ ਕੀ ਕਰ ਦਿੱਤਾ, ਵਾਪਸ ਕਰ ਦਿੱਤਾ। ਇਹਨਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ, ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ ਅਤੇ ਵਿਰੋਧ ਜਿਤਾਇਆ ਇਹਨਾਂ ਨੇ NDA ਦੇ ਵਿੱਚ, ਅਤੇ ਤਾਂ ਕਰਕੇ ਇਹਨਾਂ ਨੇ ਜਿਹੜਾ ਆਪਣਾ ਜਿਹੜਾ ਅਵਾਰਡ ਸੀਗਾ ਸਰਕਾਰ ਨੂੰ ਵਾਪਸ ਕਰਤਾ। ਇਹਨਾਂ ਤੋਂ ਇਲਾਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵਾਰ ਜੇਲ੍ਹਾਂ ਵੀ ਕੱਟੀਆਂ ਅਤੇ ਬਹੁਤ ਸਾਰੇ ਤੰਗੀ ਦੇ ਦਿਨ ਵੀ ਦੇਖੇ ਗਏ ਅਤੇ ਜੀਵਨ ਵਿੱਚ ਬਹੁਤ ਕਰਨਾ ਕਰ ਲਈਆਂ। ਕਾਂਗਰਸ ਦੀ ਟਿਕਟ 'ਤੇ ਬਣੇ ਸਨ ਪਹਿਲੀ ਵਾਰ ਵਿਧਾਇਕ, ਕਾਂਗਰਸ ਦੀ ਟਿਕਟ 'ਤੇ ਸਭ ਤੋਂ ਪਹਿਲੀ ਵਾਰ ਵਿਧਾਇਕ ਬਣੇ ਇਹ ਕਾਂਗਰਸ ਦੀ ਟਿਕਟ ਤੋਂ, ਕਾਂਗਰਸ ਦੀ ਟਿਕਟ 'ਤੇ ਬਣੇ ਆ। ਉਦੋਂ ਮੁੜ ਕੇ ਫਿਰ ਇਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਈ ਸੀਗੀ, ਅਤੇ ਪਹਿਲੀ ਵਾਰ ਵਿਧਾਇਕ ਬਣੇ ਸੀ ਕਾਂਗਰਸ ਦੀ ਟਿਕਟ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਅੱਜ ਸਾਡੇ ਦੁਨੀਆ ਵਿੱਚ ਨਹੀਂ ਰਹੇ, ਅੱਜ ਸਾਡੇ ਵਿਚਕਾਰ ਨਹੀਂ ਰਹੇ, ਪੰਜਾਬ ਦੇ ਸਭ ਤੋਂ ਨੌਜਵਾਨ ਅਤੇ ਬਜ਼ੁਰਗ CM ਰਹੇ ਪ੍ਰਕਾਸ਼ ਸਿੰਘ ਬਾਦਲ, ਸਭ ਤੋਂ ਵੱਡੀ ਉਮਰ ਦੇ ਅਤੇ ਸਭ ਤੋਂ ਯੰਗ ਲੀਡਰ ਯੰਗ CM ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਪੰਜਾਬ ਦੇ ਲਈ ਅਤੇ ਸਾਡੇ ਪੂਰੇ ਦੇਸ਼ ਵਾਸੀਆਂ ਲਈ, ਪੂਰੇ ਸੰਸਾਰ ਦੇ ਲਈ ਬਹੁਤ ਸੋਗ ਦੀ ਲਹਿਰ ਹੈ ਕਿ ਸਾਡੇ ਵਿਚਕਾਰ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਾਡੇ ਸਾਬਕਾ ਮੁੱਖ ਮੰਤਰੀ ਪੰਜਾਬ, ਸਾਡੇ ਵਿਚਕਾਰ ਨਹੀਂ ਰਹੇ। ਭਲਕੇ ਹੋਵੇਗਾ ਇਹਨਾਂ ਦਾ ਅੰਤਿਮ ਸੰਸਕਾਰ।
ਪਿੰਡ ਬਾਦਲ ਵਿਖੇ ਇਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਅਤੇ ਦਰਸ਼ਨਾਂ ਦੇ ਲਈ ਅੰਤਿਮ ਦਰਸ਼ਨਾਂ ਦੇ ਲਈ ਇਹਨਾਂ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਇਹਨਾਂ ਦੇ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਇਹਨਾਂ ਦਾ ਜਿਹੜਾ ਦਰਸ਼ਨਾਂ ਲਈ ਦੇਹ ਲਿਜਾਈ ਜਾਵੇਗੀ। ਸਰਪੰਚੀ ਤੋਂ ਕੀਤੀ ਸੀ ਇਹਨਾਂ ਨੇ ਸ਼ੁਰੂਆਤ, ਇਹਨਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਇਹ ਵਧੀਆ ਆਪਣੇ ਪਰਿਵਾਰ ਵਿੱਚ ਹੱਸਦੇ ਖੇਡਦਿਆਂ ਬਹੁਤ ਵਧੀਆ ਜੀਵਨ ਬਤੀਤ ਕਰ ਰਹੇ ਸਨ ਆਪਣੇ ਪਰਿਵਾਰ ਦੇ ਵਿੱਚ, ਪਰੰਤੂ ਪਿਛਲੇ ਕੁਛ ਦਿਨਾਂ ਤੋਂ ਇਹ ਬਿਮਾਰ ਚੱਲਦੇ ਆ ਰਹੇ ਸਨ ਅਤੇ ਇਹਨਾਂ ਨੂੰ ਵਾਰ ਵਾਰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਜ਼ੇਰੇ ਇਲਾਜ ਕਰਨ ਲਈ ਲਿਜਾਇਆ ਗਿਆ ਸੀ। ਬਹੁਤ ਵਾਰ ਇਹਨਾਂ ਵੱਲੋਂ ਰਾਸ਼ਟਰਪਤੀ ਵੱਲੋਂ ਅਵਾਰਡ ਵਗੈਰਾ ਮਿਲ ਚੁੱਕੇ ਹਨ, ਇਹਨਾਂ ਨੂੰ ਬਹੁਤ ਵਾਰ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਸੀਗਾ। ਸਾਡੇ ਵਿਚਕਾਰ ਅੱਜ ਨਹੀਂ ਰਹੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹ ਖੇਤੀ ਪ੍ਰਧਾਨ ਸੂਬੇ ਨੂੰ ਪਹਿਲ ਦਿੰਦੇ ਸੀਗੇ ਅਤੇ ਖੁਦ ਵੀ ਆਪ ਕਿਸਾਨ ਹੋਣ ਕਰਕੇ ਖੁਦ ਖੇਤੀ ਕਰਦੇ ਸੀਗੇ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਖੇਤੀ ਦੇ ਕੰਮਾਂ ਵਾਲੇ ਪਾਸੇ ਲਾਇਆ ਹੋਇਆ ਸੀਗਾ ਅਤੇ ਖੁਦ ਕਿਸਾਨ ਹੋਣ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਸੀਗੇ ਅਤੇ ਕਿਸਾਨਾਂ ਦੇ ਜਿਹੜੇ ਮਜ਼ਦੂਰਾਂ ਦੇ ਹੱਲ ਜਿਹੜੇ ਇਹ ਆਪਣੀ ਸਰਕਾਰ ਸਮੇਂ ਪਹਿਲ ਦੇ ਆਧਾਰ 'ਤੇ ਕਰਦੇ ਸੀਗੇ। ਅੱਜ ਸਾਡੇ ਵਿਚਕਾਰ ਨਹੀਂ ਰਹੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੇ ਬੇਟੇ ਦਾ ਵਿਆਹ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਹੋਇਆ ਅਤੇ ਉਹਨਾਂ ਦੇ ਘਰ ਦੋ ਪੁੱਤਰੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ, ਜਿਸ ਨਾਲ ਇਹ ਪਰਿਵਾਰ ਦੇ ਵਿੱਚ ਬਹੁਤ ਵਧੀਆ ਇਹ ਇੱਕ ਹੱਸਦੇ ਖੇਡਦੇ ਸੀਗੇ, ਬਹੁਤ ਵਧੀਆ ਇਹ ਆਪਣਾ ਜੀਵਨ ਬਤੀਤ ਚੰਗਾ ਜੀਵਨ ਬਤੀਤ ਕਰ ਰਹੇ ਸੀਗੇ, ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸੀ। ਉੱਘੇ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਵਿਚਕਾਰ ਨਹੀਂ ਰਹੇ, ਇਹਨਾਂ ਦਾ ਭਲਕੇ ਹੋਵੇਗਾ ਅੰਤਿਮ ਸੰਸਕਾਰ। ਹਮੇਸ਼ਾ ਇਹਨਾਂ ਨੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਸੰਗਤ ਦਰਸ਼ਨ ਕੀਤੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ, ਮੌਕੇ 'ਤੇ ਉਹਨਾਂ ਨੂੰ ਉਹਨਾਂ ਸਮੱਸਿਆਵਾਂ ਤੋਂ ਨਿਜਾਤ ਦਵਾਈ। NDA ਦੀ ਸਰਕਾਰ ਵੇਲੇ ਮੋਦੀ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਉਹਨਾਂ ਤੋਂ ਫੰਡ ਵਗੈਰਾ ਮੁਹੱਈਆ ਕਰਵਾਏ ਪੰਜਾਬ ਦੇ ਲਈ ਅਤੇ ਬਹੁਤ ਸਾਰੇ ਵਿਕਾਸ ਕਾਰਜ ਸ਼ੁਰੂ ਕੀਤੇ, ਕਰਤਾਰਪੁਰ ਕੋਰੀਡੋਰ ਖੁਲਵਾਇਆ ਅਤੇ ਹੋਰ ਇਹਨਾਂ ਨੇ ਹੋਰ NDA ਸਰਕਾਰ ਤੋਂ ਬਹੁਤ ਸਾਰੇ ਫੰਡ ਲਏ ਅਤੇ ਪੰਜਾਬ ਸਰਕਾਰ ਦੀ ਬਹੁਤ ਵਧੀਆ ਇਹਨਾਂ ਨੇ ਕੰਮ ਕੀਤੇ ਇਹਨਾਂ ਨੇ। ਅਤੇ ਇਹਨਾਂ ਦੀ ਜੀਵਨ ਸਾਥਣ ਬੀਬੀ ਸੁਰਿੰਦਰ ਕੌਰ ਜੋ ਕਿ ਪਿਛਲੇ ਸਮੇਂ ਕਿਸੇ ਕੈਂਸਰ ਨਾਮ ਦੀ ਨਾਮਰਾਤ ਬਿਮਾਰੀ ਕਰਕੇ ਪੂਰੀ ਹੋ ਗਈ ਸੀਗੀ, ਇਹਨਾਂ ਦੀ ਜੀਵਨ ਸਾਥਣ ਰਹੀ ਇਹਨਾਂ ਦੀ ਧਰਮਪਤੀ ਬੀਬੀ ਸੁਰਿੰਦਰ ਕੌਰ। ਤੁਸੀਂ ਤਸਵੀਰਾਂ ਦੇਖ ਰਹੇ ਹੋ, ਫਲੈਸ਼ ਹੋ ਰਹੀਆਂ ਹਨ ਤਸਵੀਰਾਂ, ਅਤੇ ਹਮੇਸ਼ਾ ਸੁਖਬੀਰ ਸਿੰਘ ਬਾਦਲ ਵੀ ਇਹਨਾਂ ਨਾਲ ਮੋਢੇ ਨਾਲ ਮੋਢਾ ਬਣ ਕੇ ਖੜ੍ਹੇ ਰਹੇ, ਸਰਵਣ ਪੁੱਤਰ ਬਣ ਕੇ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਕੀਤੀ। ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਇਹਨਾਂ ਦੇ ਬੇਟੇ ਜੋ ਇੱਕ ਸਰਵਣ ਪੁੱਤਰ ਬਣ ਕੇ ਵਿਚਰੇ ਅਤੇ ਇਹਨਾਂ ਨੇ ਆਪਣੇ ਪਿਤਾ ਦੀ ਬਹੁਤ ਸੇਵਾ ਕੀਤੀ, ਪਰੰਤੂ ਇਕੱਲਿਆਂ ਵੇ ਨਾਨਕਾ ਸੱਦਿਆ ਉੱਠ ਜਾਏ ਦਿਨ ਵਾਹਾਂ ਵਾਕ ਅਨੁਸਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਅਕਾਲ ਚਲਾਣਾ ਕਰਕੇ ਜਿਨ੍ਹਾਂ ਦਾ ਅੰਤਿਮ ਸੰਸਕਾਰ 27/4/23 ਨੂੰ ਹੋਵੇਗਾ ਪਿੰਡ ਬਾਦਲ ਵਿਖੇ ਹੋਵੇਗਾ ਕੱਲ੍ਹ ਨੂੰ ਦਿਨ ਵੀਰਵਾਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਬਾਬਾ ਬੋਹੜ ਸਿਆਸਤ ਦੇ ਬਾਬਾ ਬੋਹੜ ਜਿਨ੍ਹਾਂ ਦਾ ਸੰਸਕਾਰ 27/4/23 ਨੂੰ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਅੱਜ 26 ਨੂੰ ਇਹਨਾਂ ਦੀ ਜਿਹੜੀ ਦੇ ਆਖਰੀ ਦਰਸ਼ਨਾਂ ਦੇ ਲਈ ਆਪਣੇ ਚੰਡੀਗੜ੍ਹ ਵਿਖੇ ਇਹਨਾਂ ਦੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਉੱਥੇ ਲਿਜਾਈ ਜਾਵੇਗੀ ਅਤੇ ਉੱਥੇ ਸੰਗਤਾਂ ਇਹਨਾਂ ਦੇ ਦਰਸ਼ਨ ਕਰ ਸਕਣਗੀਆਂ, ਇਹਨਾਂ ਨੂੰ ਸਲੂਟ ਕਰ ਸਕਣਗੀਆਂ। ਇਸ ਕਰਕੇ ਇਹਨਾਂ ਦਾ ਅੰਤਿਮ ਸੰਸਕਾਰ ਇਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ। ਨਹੀਂ ਰਹੇ ਸਾਡੇ ਵਿਚਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ।